साबका मुख्यमंत्री प्रकाश सिंह बादल तो पिछले लगभग 2 घंटे तो ज़्यादा समय तो पूछगिछ चल रही है। साबका मुख्यमंत्री प्रकाश सिंह बादल दे सेक्टर 4 स्थित 37 नंबर इसी फ्लैट दे विच SIT की टीम जिहड़ी सवेरे 10:30 बजे तो लगातार पूछगिछ कर रही है। जिहड़ा कि जिहड़ा बहबल कला गोलीकांड मामला सीगा उसनू लैके जिहड़ी SIT बनाई गई सी जिहड़ी LK यादव की प्रधानगी दे विच, जिस दे विच अज 2 सीट दे जिहड़े मैंबर इत्थे पहुंचे LK अडवाणी ते नाल राकेश अग्रवाल इस वेले जिहड़ी है पुछगिछ कर रहे ने। तस्वीरां तुसीं वेख सकदे हो साबका मुख्यमंत्री प्रकाश सिंह बादल दे घर दे बाहर भी है, बाहर दी मीडिया दा इत्थे अड्डा जमावड़ा लग्गा है ते अकाली दल दी लगभग सारी ही लीडरशिप भी इस वेले जिहड़ी है ਉਹ ਇਸੀ ਫਲੈਟ ਦੇ ਵਿੱਚ ਮੌਜੂਦ ਹੈ। ਹਾਲਾਂਕਿ ਅੰਦਰ ਪੁੱਛਗਿੱਛ ਚੱਲ ਰਹੀ ਅਤੇ ਬਾਹਰ ਵਾਲੇ ਪਾਸੇ ਜਿਹੜਾ ਸਾਰੀ ਲੀਡਰਸ਼ਿਪ ਜਿਹੜੀ ਇੱਥੇ ਬੈਠੀ ਹੈਗੀ ਹੈ ਅਤੇ ਅੱਜ ਇੱਕ ਤਰੀਕੇ ਨਾਲ ਕਰ ਲਈਏ ਕਿ ਅਕਾਲੀ ਦਲ ਵੱਲੋਂ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਵੀ ਇਸ ਨੂੰ ਦੇਖਿਆ ਜਾ ਰਿਹਾ ਕਿ ਸਾਰੀ ਹੀ ਜਿਹੜੇ MLAs ਹੈਗੇ ਜਾਂ ਜਿੰਨੇ ਵੀ ਜਿਹੜੇ ਵੱਡੇ ਆਗੂ ਹੈਗੇ ਅਕਾਲੀ ਦਲ ਦੇ ਉਹਨਾਂ ਨੂੰ ਉਹ ਇੱਥੇ ਬੁਲਾਇਆ ਗਿਆ। ਸਾਰੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਾਹਰ ਹੀ ਬੈਠੇ ਨੇ, ਇਹ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਇੱਕ ਪਾਸੇ ਅੰਦਰ SIT ਜਾਂਚ ਕਰ ਰਹੀ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬਾਹਰ ਬੈਠੀ ਇੰਤਜ਼ਾਰ ਕਰ ਰਹੀ। ਜਿੰਨੇ ਵੀ ਵਿਧਾਇਕ ਹੈਗੇ ਤੁਸੀਂ ਸਾਰੇ ਵਿਧਾਇਕਾਂ ਨੂੰ ਵੇਖ ਸਕਦੇ ਹੋ ਅਤੇ ਪਿਛਲੇ 2 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਕਿ ਇਸ ਵੇਲੇ ਜਿਹੜੀ SIT ਦੀ ਟੀਮ ਜਿਹੜੀ ਜਾਂਚ ਕਰ ਰਹੀ। ਥੋੜ੍ਹੀ ਦੇਰ ਪਹਿਲਾਂ ਇੱਕ ਇੱਥੇ ਮੈਡੀਕਲ ਟੀਮ ਵੀ ਇੱਥੇ ਪਹੁੰਚੀ ਹੈਗੀ ਹੈ ਇਹਨਾਂ ਦੇ ਘਰ ਦੇ ਵਿੱਚ ਅਤੇ ਜਿਹੜੀ ਜਾਣਕਾਰੀ ਮਿਲ ਰਹੀ ਸੂਤਰ ਦੇ ਹਵਾਲੇ ਤੋਂ ਤਕਰੀਬਨ 80 ਤੋਂ ਜ਼ਿਆਦਾ ਸਵਾਲਾਂ ਦੀ ਇੱਕ ਫੇਰ ਲਿਸਟ ਹੈ ਜਿਹੜੀ SIT ਇੱਥੇ ਲੈ ਕੇ ਪਹੁੰਚੀ ਅਤੇ SIT ਲਗਾਤਾਰ ਜਿਹੜੀ ਇਹ ਸਵਾਲ ਜਵਾਬ ਸਾਬਕਾ ਮੁੱਖ ਮੰਤਰੀ ਤੋਂ ਕਰ ਰਹੀ ਹੈ। ਪਿਛਲੀ ਵਾਰ ਜਦੋਂ SIT ਜਦੋਂ ਆਈ ਸੀ ਜਿਹੜੀ ਕਿ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਜਿਹੜੀ SIT ਬਣਾਈ ਗਈ ਸੀ ਉਸ ਵੇਲੇ ਵੀ ਅਗਰ ਦੇਖਿਆ ਜਾਏ ਤਾਂ ਤਕਰੀਬਨ 2 ਤੋਂ 2.5 ਘੰਟਾ ਦਾ ਸਮਾਂ ਸੀਗਾ ਜਦੋਂ ਉਹਨਾਂ ਨੂੰ ਪੁੱਛਗਿੱਛ ਵਿੱਚ ਲੱਗਿਆ ਸੀ। ਤਾਂ ਅੱਜ ਇੱਕ ਵਾਰ ਫਿਰ ਜਿਹੜੀ SIT ਇੱਥੇ ਪਹੁੰਚੀ ਹੈ ਅਤੇ ਲਗਾਤਾਰ ਪੁੱਛਗਿੱਛ ਜਿਹੜੀ ਸਾਬਕਾ ਮੁੱਖ ਮੰਤਰੀ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਅਤੇ ਜਦੋਂ ਇਹ ਸਾਰਾ ਮਾਮਲਾ ਹੋਇਆ ਸੀਗਾ ਤਾਂ ਉਸੀ ਨੂੰ ਲੈ ਕੇ ਜਿਹੜਾ ਇਸ 'ਤੇ ਜਾਂਚ ਹੈ ਉਹ ਚੱਲ ਰਹੀ ਹੈ। ਇਸ ਵੇਲੇ ਵੀ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜੀ SIT ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਸਵਾਲ ਜਵਾਬ ਉਹਨਾਂ ਤੋਂ ਪੁੱਛੇ ਜਾ ਰਹੇ ਨੇ। ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ ਸਮੇਤ ਤਮਾਮ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਇਸ ਵੇਲੇ ਇਸੀ ਫਲੈਟ ਦੇ ਵਿੱਚ ਮੌਜੂਦ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।